हेलो जी, सत श्री अकाल जी। असी अगेन हाजिर हाँ नवा ब्लॉग लैके। अज असी जा रहे हैं श्रीनगर तो पहलगाम। मोस्टली लोग की करते हैं कि कोई टैक्सी हायर करके जा रहा या किसी को अपनी गड्डिया उसे ते जा रहे हैं, बट असी अज जावांगे शेयरिंग टैक्सी ते। ते नाल नाल तुहानू दसदे रहांगे कि किदां किदां आपां शेयरिंग टैक्सी नूं किहड़े स्टैंड तों किहड़ी जगह दे उत्ते आपां फड़ना टैक्सी नूं। चलो जी, आपां हुण निकलदे आ ते नाले तुहानू दिखाउंदे आ इह साडा जिहड़ा ट्रिप आ। टोटली इस बार बैकपैकिंग ट्रिप आ, कोई बजट खास ज्यादा ट्रिप नहीं गा। ਅਸੀਂ ਇਸ ਲਈ ਹਾਊਸ ਬੋਟ ਵੀ ਥੋੜੀ ਠੀਕ ਪ੍ਰਾਈਸ ਦੇ ਵਿੱਚ ਲੱਭੀ ਸੀ, ਕੋਸ਼ਿਸ਼ ਕਰਦੇ ਕਿ ਹੋਟਲ ਵੀ ਠੀਕ ਪ੍ਰਾਈਸ ਦੇ ਵਿੱਚ ਲੱਭੀਏ। ਐਂਡ ਨਾਲ ਨਾਲ ਤੁਹਾਨੂੰ ਡਿਟੇਲਸ ਜੋ ਸਾਡੇ ਕੋਲ ਜਿੰਨੀਆਂ ਕੁ ਅਸੀਂ ਗ੍ਰੈਬ ਕਰ ਸਕਦੇ ਹਾਂ ਉਹ ਨਾਲ ਦੀ ਨਾਲ ਤੁਹਾਨੂੰ ਡਿਟੇਲਸ ਦਿੰਦੇ ਜਾਵਾਂਗੇ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ। ਆਲਰੇਡੀ ਲੇਟ ਹੋ ਚੁੱਕਿਆ, 11:30 ਦਾ ਟਾਈਮ ਹੋ ਚੁੱਕਿਆ। ਤਾਂ ਇੱਥੋਂ 80-90 ਕਿਲੋਮੀਟਰ ਹੈਗਾ ਪਹਿਲਗਾਮ, ਤੇ ਚਲੋ ਆਪਾਂ ਚੱਲਦੇ ਹਾਂ ਤੇ ਰਸਤੇ ਦਾ ਇੰਜੋਏ ਕਰਦੇ ਹਾਂ। ਲੈਟਸ ਗੋ। ਬਾਈਪਾਸ ਜਾ ਰਹੇ ਹਾਂ ਅਨੰਤਨਾਗ ਦੇ ਲਈ, ਬੱਸ ਲੈਣ ਦੇ ਲਈ ਉਹਨੂੰ ਇਸਲਾਮਾਬਾਦ ਵੀ ਕਿਹਾ ਜਾਂਦਾ। ਚਲੋ ਆਪਾਂ ਚੱਲਦੇ ਹਾਂ, ਇੰਜੋਏ ਕਰਦੇ ਹਾਂ। ਲੋਕਲ ਰਾਈਡ ਕਰਨ ਦੇ ਵਿੱਚ ਜਿਹੜਾ ਸਵਾਦ ਆ, ਪੈਸਾ ਤਾਂ ਵੱਜਦਾ ਹੀ ਵੱਜਦਾ ਇਹਦੇ ਨਾਲ। ਆਪਾਂ ਲੋਕਲ ਲੋਕਾਂ ਨਾਲ ਇੰਟਰੈਕਟ ਵੀ ਕਰਦੇ ਹਾਂ, ਆਪਾਂ ਨੌਲੇਜ ਵੀ ਕਾਫੀ ਆਉਂਦੀ, ਕੋਈ ਨਾ ਕੋਈ ਲੋਕਲ ਵਰਡਸ ਵੀ ਸਿੱਖਦੇ ਹਾਂ ਆਪਾਂ। ਆਹ ਦੇਖੋ, ਐਂ ਮਜ਼ੇ ਨਾਲ ਬੈਠੇ ਹਾਂ, ਐਡੇ ਬੜੇ ਲੋਕ ਫਰੈਂਡਲੀ। ਉੱਧਰ ਦੇਖੋ, ਡਰਾਈਵਰ ਸਾਹਿਬ ਸਾਡੇ ਹੱਸ ਰਹੇ ਨੇ, ਐਂ ਫੁੱਲ ਔਨ ਸਮਾਈਲ ਆ ਉਹਦੇ। ਦੇਖੋ ਐ ਚੱਕੋ, ਅੰਦਰ ਕਰ ਲਏ ਤੁਹਾਨੂੰ ਅੰਦਰ ਕਰ ਲਏ। ਚਲੋ ਜੀ, ਆਪਾਂ ਚੱਲਦੇ ਹਾਂ, ਕੋਈ ਟੈਕਸੀ ਲੈਂਦੇ ਹਾਂ, ਤੁਹਾਨੂੰ ਦੱਸਦੇ ਹਾਂ ਵੀ ਕੀ ਪ੍ਰਾਈਸਿੰਗ ਵਗੈਰਾ ਪੈਂਦੀ ਆ। ਇਹ ਸਿਰਫ ਸਾਨੂੰ 20 ਰੁਪਏ ਸਵਾਰੀ ਪੈ ਰਹੀ ਆ ਬਾਈਪਾਸ ਤੇ। ਹਾਂਜੀ, ਅਸੀਂ ਇੱਕ ਲੋਕਲ ਟੈਕਸੀ ਦੇ ਵਿੱਚ ਬੈਠ ਗਏ ਹਾਂ। ਇੱਥੋਂ ਅਸੀਂ ਜਾਵਾਂਗੇ ਇਸਲਾਮਾਬਾਦ, ਅਤੇ ਪਰ ਪਰਸਨ ਇੱਥੋਂ ਲੱਗਦੇ 120 ਰੁਪਏ, ਅਤੇ ਸਭ ਤੋਂ ਚੀਪੈਸਟ ਵੇ ਆ ਜਾਣ ਦਾ। ਅਦਰਵਾਈਜ਼ ਤੁਸੀਂ ਗੱਡੀ ਕਰੋ ਅੱਜ ਦੀ ਡੇਟ ਦੇ ਵਿੱਚ। ਪਹਿਲਗਾਮ ਦੇ ਲਈ ਕੋਈ ਮੰਗ ਰਿਹਾ 3000, ਕੋਈ 3500-4000, ਇਸ ਤੋਂ ਥੱਲੇ ਕੋਈ ਗੱਡੀ ਨਹੀਂ ਮਿਲ ਰਹੀ। ਅਤੇ ਅਗਰ ਤੁਸੀਂ ਬਜਟ ਟ੍ਰਿਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਦਾਂ ਲੋਕਲ ਟੈਕਸੀਸ ਵੀ ਲੈ ਸਕਦੇ, ਜਿਹੜੇ ਸ਼ੇਅਰਿੰਗ ਟੈਕਸੀਸ ਹੁੰਦੇ ਆ। ਪਹਿਲਗਾਮ ਦੇ ਵਿੱਚ ਬੈਸਟ ਚੀਜ਼ਾਂ ਹੈ ਕੀ ਆ ਦੇਖੋ, ਮਤਲਬ ਟੂਰਿਸਟ ਤੋਂ ਥੋੜ੍ਹੀਆਂ ਜਿਹੀਆਂ ਸਾਈਡ 'ਤੇ ਹੋਣ, ਜਿੱਥੇ ਟੂਰਿਸਟ ਘੱਟ ਹੋਵੇ, ਨੇਚਰ ਹੋਵੇ, ਲੋਕਲ ਲੋਕਾਂ ਨਾਲ ਜਿਵੇਂ ਪਿੰਡ ਵਗੈਰਾ ਹੁਣ ਕਿਹੜੇ ਹੈਗੀਆਂ, ਇਹ ਵੀ ਹੈ ਟੂਰਿਸਟ ਤਾਂ ਹੈ ਹਰ ਜਗ੍ਹਾ। ਹਾਂਜੀ, ਮਤਲਬ ਇਹ ਫਲੋ ਜਿਹੜਾ 2 ਸਾਲ ਖੋਲ ਗਿਆ ਨਾ, ਹਾਂਜੀ ਹਾਂਜੀ, ਉਹਦੇ ਕਾਰਨ ਹੁਣ ਇਹ ਸਾਲ ਜਿਹੜਾ ਹੈ ਨਾ, ਜਗ੍ਹਾ ਮਿਲਣਾ ਨਹੀਂ ਜੀ ਤੁਹਾਨੂੰ ਖਾਲੀ, ਚਾਹੇ ਲੋਕਲ ਹੋਈ ਜਾਂ ਟੂਰਿਸਟ। ਹਾਂਜੀ, ਸੋ ਅਸੀਂ ਪਹੁੰਚ ਗਏ ਅਨੰਤਨਾਗ, ਜਿਹਨੂੰ ਇਸਲਾਮਾਬਾਦ ਵੀ ਕਿਹਾ ਜਾਂਦਾ। ਇੱਥੋਂ ਅਸੀਂ ਹੁਣ ਦੂਸਰੀ ਟੈਕਸੀ ਲਵਾਂਗੇ ਜਿਹੜੀ ਪਹਿਲਗਾਮ ਜਾਊਗੀ, ਤਾਂ ਉਹ ਵੀ ਇੱਥੇ ਸਾਡੇ ਲੱਗੇ 120 ਰੁਪਏ ਪਰ ਪਰਸਨ। ਤਾਂ ਅਗਲੀ ਟੈਕਸੀ ਲੈਣੇ ਆਲਮੋਸਟ ਇੰਨਾ ਕੀ ਆ, ਅਰਾਊਂਡ 45 ਮਿੰਟ ਦੇ ਆਸ ਪਾਸ ਸਾਨੂੰ ਟਾਈਮ ਲੱਗਿਆ। ਉਹੀ 1.5 ਘੰਟਾ ਵੈਸੇ ਲੱਗਦਾ, 1.5 ਘੰਟਾ ਇਸ ਢੰਗ ਨਾਲ ਲੱਗ ਰਿਹਾ, ਬਟ ਜਿਹੜਾ ਤੁਹਾਡਾ ਵੈਸੇ ਥੋੜ੍ਹਾ ਇੱਧਰ ਉੱਧਰ ਜਾਣਾ ਜਾਂ ਕਿਸੇ ਨੂੰ ਪੁੱਛਣਾ ਕਰਨਾ, ਉਹਦੇ ਟਾਈਮ ਥੋੜ੍ਹਾ ਚਲਾ ਜਾਂਦਾ। ਬਟ ਅਗਰ ਤੁਹਾਡਾ ਟਾਈਮ ਸ਼ਡਿਊਲ ਅਲਾਓ ਕਰਦਾ ਤਾਂ ਜ਼ਰੂਰ ਇੱਦਾਂ ਦੀ ਚੀਜ਼ਾਂ ਜਾਓ, ਤੁਹਾਡੀ ਪੈਸੇ ਦੀ ਬੱਚਤ, ਤੁਹਾਡੇ ਨਾਲ ਲੋਕਲ ਲੋਕਾਂ ਨਾਲ ਤੁਸੀਂ ਮਿਲਦੇ ਜੁਲਦੇ ਹੋ। ਆਹ ਦੇਖੋ, ਸਾਨੂੰ ਬੜੇ ਪਿਆਰੇ ਸਾਡੇ ਅੰਕਲ ਮਿਲੇ ਨੇ, ਇਹ ਸਾਡੀ ਹੈਲਪ ਵੀ ਕਰ ਰਹੇ ਆ, ਨਾਲ ਨਾਲ ਜਾ ਰਹੇ ਆ, ਅਤੇ ਰੌਣਕ ਵੀ ਬਹੁਤ ਲਾ ਰਹੇ ਆ, ਗੱਲਾਂ ਬਾਤਾਂ ਬਹੁਤ ਸੁਣਾ। ਚਲੋ ਆ ਜਾਓ, ਹਾਂਜੀ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ? ਪਹਿਲਗਾਮ।
ਚਲੀਏ ਫਿਰ। ਅੱਗੇ ਬੈਠੇ ਸੈਲਫੀਆਂ ਲੈ ਰਹੇ ਆ ਦੇਖੋ ਯਾਰ ਦੋਸਤ ਬਣੇ ਬੈਠੇ ਆ ਤੇ ਜਾਣੇ पहाड़ों में आप भी पहाड़ों में स्नो तो चाहिए थे। ते वेदर बड़ा ही सोना हो रहा, बारिश हो रही है ते क्लाउड्स देख सकते बहुत ज्यादा डाउन आ गए। ते पहला हुण असीं लंच वगैरह करते हैं, भुख बहुत लगी है। उस तो बाद देखते हैं कि असीं पोनी राइड करते हैं या कुछ होर करते हैं। ते अगे का प्रोग्राम भी साडा हैगा आड़ू वैली का, बट आई डोंट थिंक सो कि अज पॉसीबल होएगा या हो सकता असीं कल जाइए। बाकी वैदर ते डिपेंड आ काफ़ी ज़्यादा, अजे वैदर खराब है। बाकी देखते हैं जो जो चलता करी जाने, आज पहला लंच करते हैं फिर आप अगे चलते हैं। अपनी पहलगाम के फस्ट लोकेशन पर पहुंचे आफ्टर लंच, तो जिसका नाम है पुष्पन गार्डन। और देखो बड़ा ही नीट एंड क्लीन जहा लग रहा, तो फोटोशूट लिए घूमन रिलैक्स करने बहुत सोहनी लोकेशन आ। वैदर थोड़ा साथ नहीं दे रहा, तो बाकी असं देखते हैं ट्राई करते फोटोशूट करते, फोटो का शौकीन असं भी, तो बाकी इंजॉय करी जाने हौली हौली। वो फिर एक साढ़े नाल का शिकारी तो एक कैमरा के पिछे आ, तो देखो यदि नज़र मारो तो आह क्या नज़ारा आ रहा। मतलब ये ब्यूटी अपन इंडिया दे विच भी मिल सकती है जे अपन नेचर नू साफ सुथरा रखिए, प्लास्टिक का घट यूज करिए। तो दिनों दिन आप दरख्त कट्टी जा रहे हैं, दरख्त कट्टन का नुकसान भी आप ही झल रहे हैं। सो आ देखो तुसी एक किन्नी कुदरत संभाल के रखी हुई है। बट उस तो बिना इतने कुछ भी नहीं। जो तुम एक रिलैक्स करना चाहते हो इस प्लेस से, जो कोई फोटोज वगैरह करनी है, अपने वीडियो शूट करने है, रील्स बनानिया, वो गार्डन बहुत ज्यादा वधिया। थानू व्यू भी दिखाने के। सो गाइस आ इतों का ब्यूटीफुल जहा नज़ारा, आहा हा बहुत ही ज़्यादा सोहने व्यू। तो आ प्यारियां प्यारियां ना अंदर छोटी छोटी हट्स भी बनिया हुई हैं। इस तो बिना अगर आप दूसरे पास झाका मारीे तो उधर भी अपन व्यू, आई थिंक नाइट टाइम का व्यू भी बहुत सोहना होएगा, लाइट्स वगैरह लगिया हुई, बट ये नहीं पता कि नाइट से अलाउ करते आना कि नहीं करते। बट जो खूबसूरती है ना, जिदा मैं पहला भी कहा, वो मतलब नैक्सट लैवल आ। मैं इंडिया के मैं कदे नहीं इन्नी सोहनी चीज़ देखी, फॉरन चलो देखी, बट इतने जो व्यू है, जो ग्रीनरी है, जो नीट एंड क्लीन आ, सब तो पहला वो चीज़ है। आह देखो तुसी आनंद माणो इस चीज़ का। आड़ू वैली जावांगे पहला, इन केस अगर टाइम मिलता फिर ना थोड़ा बहुत अगे भी, क्योंकि वैदर कंडीशन बहुत ज्यादा है खराब। तो इवन साडा हुण टाइम शेड्यूल भी थोड़ा घट अलाउ कर रहा, तो असीं अपना बेस्ट ट्राई कर रहे हैं। तो जुड़े रहो, तो अगे तुहानूं लैके जाऊंगा।